ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਵਾਤਾਵਰਨ ਨੂੰ ਸੁਧਾਰਨ ਵਾਸਤੇ ਇੱਕ ਆਸਟ੍ਰੇਲੀਆ ਦੀ ਕੁੜੀ ਹੈ ਜੀ, 19 ਸਾਲ ਦੀ ਕੁੜੀ ਸੀ, ਗ੍ਰੇਟਾ ਥਨਬਰਗ, ਇਸ ਗੱਲ ਦੇ ਵਿੱਚ ਉਹਦੀ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। 20 ਸਤੰਬਰ 2019 ਨੂੰ ਆਸਟ੍ਰੇਲੀਆ ਤੋਂ ਲੈ ਕੇ ਅਲਾਸਕਾ ਤੱਕ ਗ੍ਰੇਟਾ ਥਨਬਰਗ ਇੱਕ ਲੜਕੀ ਸੀ ਜੀ, ਉਦੋਂ 19 ਸਾਲ ਦੀ ਸੀ, ਹੁਣ ਉਹ 20-21 ਸਾਲ ਦੀ ਹੋ ਗਈ। 150 ਦੇਸ਼ਾਂ ਦੇ ਸਕੂਲੀ ਬੱਚਿਆਂ ਦੇ ਨਾਲ, ਵੱਡੀ ਉਮਰ ਦੇ ਲੋਕਾਂ ਦੇ ਨਾਲ ਮੌਸਮੀ ਤਬਦੀਲੀਆਂ ਵਾਲੇ ਰੋਸ ਮਾਰਚ ਵਿੱਚ ਭਾਗ ਲਿਆ। ਅਲਾਸਕਾ ਕਿੱਥੇ ਪਿਆ, ਆਸਟ੍ਰੇਲੀਆ ਕਿੱਥੇ ਪਿਆ, ਉਹਨਾਂ ਨੇ ਆਪਦੇ ਦੇਸ਼ ਕੀਤਾ, ਉਹਨਾਂ ਨੇ ਆਪਦੇ ਦੇਸ਼ ਕੀਤਾ। ਆਸਟ੍ਰੇਲੀਆ ਸ਼ਹਿਰ ਮੈਲਬੌਰਨ ਤੋਂ 1 ਲੱਖ ਬੱਚੇ ਸ਼ਾਮਿਲ ਹੋਏ ਜੀ ਉਸ 19 ਦੇ ਵਿੱਚ, ਮੈਂ ਸਾਰੀ ਰਿਪੋਰਟ ਪੜ੍ਹੀ ਆ। ਅਮਰੀਕਾ ਦੇ 11 ਲੱਖ ਬੱਚਿਆਂ ਨੇ ਭਾਗ ਲਿਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡੀ ਵੱਡੀ ਪੱਧਰ 'ਤੇ ਲੋਕਾਂ ਨੇ ਭਾਗ ਲਿਆ ਹੋਵੇਗਾ। ਇਹ ਜਾਗਰੂਕਤਾ ਕਿਸੇ ਵੱਡੇ ਨੇਤਾ ਨਹੀਂ ਕੀਤੀ, ਕਿਸੇ ਵੱਡੇ ਲੀਡਰ ਨੇ ਕੀਤੀ, ਇਹ ਕਾਰਵਾਈ ਸਗੋਂ ਸਵੀਡਨ ਦੀ 16 ਸਾਲ ਦੀ ਸਕੂਲੀ ਬੱਚੀ ਗ੍ਰੇਟਾ ਥਨਬਰਗ ਨੇ ਦੀ ਅਗਵਾਈ ਹੇਠ ਹੋਈ ਸੀ। 16 ਸਾਲ ਦੀ ਸਰ, 18 ਦੇ ਵਿੱਚ ਇੱਕ ਹਫ਼ਤੇ ਲਈ ਸਕੂਲ ਨਾ ਜਾ ਕੇ ਉਹਨੇ ਸੰਸਦ ਅੱਗੇ ਬਹਿ ਗਈ, ਸ਼ਾਂਤੀਪੂਰਵਕ ਧਰਨਾ ਦਿੱਤਾ, ਸ਼ਾਂਤੀਪੂਰਵਕ। ਲੋਕਾਂ ਨੇ ਕਿਹਾ, ਉੱਥੋਂ ਦੇ ਜਿਹੜੇ ਐਮ ਪੀ ਹੋਣਗੇ, ਜਿਹੜੇ ਮਿਨਿਸਟਰ ਹੋਣਗੇ, ਕਿ ਬੇਟਾ ਤੇਰੀ ਜ਼ਿੰਦਗੀ ਦਾ ਸਵਾਲ ਹੈ, ਤੇਰੇ ਫਿਊਚਰ ਦਾ ਸਵਾਲ ਹੈ, ਤਾਂ ਪਤਾ ਕੀ ਜਵਾਬ ਉਹਨੇ, ਪੜ੍ਹਾਈ ਲਿਖਾਈ ਭਵਿੱਖ ਸੰਵਾਰਨ ਲਈ ਹੁੰਦੀ ਹੈ, ਪੜ੍ਹਾਈ ਲਿਖਾਈ ਭਵਿੱਖ ਸੰਵਾਰਨ ਲਈ ਹੁੰਦੀ ਹੈ, ਪਰ ਸਾਡਾ ਭਵਿੱਖ ਤਾਂ ਤੁਸੀਂ ਪਹਿਲੀ ਤਬਾਹ ਕਰਤਾ। ਨਾ ਸਾਫ਼ ਹਵਾ, ਨਾ ਸਾਫ਼ ਪਾਣੀ, ਅਤੇ ਨਾ ਸਾਫ਼ ਮਿੱਟੀ, ਅਤੇ ਪਾਣੀ ਵੀ ਜ਼ਹਿਰੀਲਾ ਪਾਉਣਾ, ਆ ਸਾਡਾ ਭਵਿੱਖ ਤੁਸੀਂ ਕੀ ਕਰਨਾ ਕਹਿੰਦਾ ਕਿ ਤੁਸੀਂ ਜੇਕਰ ਇੱਕ 19 ਸਾਲ ਦੀ ਕੁੜੀ ਨੂੰ ਉਸ ਵਕਤ ਇਹ ਸ਼ਬਦ ਬੋਲੇ ਜੀ, ਅੱਜ ਅਸੀਂ ਉਹਨੂੰ ਨਮਨ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ। ਹਰ ਸ਼ੁੱਕਰਵਾਰ ਐਵਰੀ ਫਰਾਈਡੇ ਉਹ ਸ਼ਹਿਰ ਦੇ ਕਿਸੇ ਨਾ ਕਿਸੇ 'ਚ ਜਾ ਕੇ ਧਰਨਾ ਲਾਉਂਦੀ। ਉਹਦਾ ਨਾਂ ਇੱਕ ਮੁਹਿੰਮ ਬਣਾਤੀ, ਉਹਦਾ ਨਾਂ ਰੱਖਿਆ ਉਹਨੇ ਫਰਾਈਡੇ ਫਾਰ ਫਿਊਚਰ ਐਂਡ ਕਲਾਈਮੇਟ ਸਟ੍ਰਾਈਕ, ਫਰਾਈਡੇ ਫਾਰ ਫਿਊਚਰ ਐਂਡ ਕਲਾਈਮੇਟ ਸਟ੍ਰਾਈਕ। ਸੋ ਐਡੀ ਵੱਡੀ ਉਹਨੇ ਕੀਤਾ ਕਿ ਮੌਸਮੀ ਤਬਦੀਲੀਆਂ ਬਾਰੇ ਉਹਦੀ ਜੋ ਗੱਲ ਹੋਈ, ਤਾਂ ਮੌਸਮੀ ਤਬਦੀਲੀਆਂ ਬਾਰੇ ਪੋਲੈਂਡ ਦੇ ਸ਼ਹਿਰ ਕਾਟੋਵਿਸ ਵਿੱਚ ਲੀਡਰਾਂ ਨੂੰ ਸੰਬੋਧਨ ਕਰਦਿਆਂ ਉਹਨੇ ਕਿਹਾ, ਕਾਟੋਵਿਸ ਇੱਕ ਸ਼ਹਿਰ ਹੈ ਪੋਲੈਂਡ ਦੇ ਵਿੱਚ, ਉੱਥੇ ਉਹ ਚਲੀ ਕੁੜੀ ਚਲੀ ਗਈ। ਹੁਣ ਬੜਾ ਕਿੱਡਾ ਵੱਡੀ ਗੱਲ ਕੀਤੀ, ਕਹਿੰਦੀ ਸਾਡਾ ਘਰ ਜਲ ਰਿਹਾ ਹੈ, ਬੜਾ ਸੀਰੀਅਸ ਗੱਲ ਹੈ ਇਹ, ਸਾਡਾ ਘਰ ਜਲ ਰਿਹਾ ਹੈ, ਤੁਸੀਂ ਠੋਸ ਉਪਰਾਲੇ ਕਰੋ, ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਵੱਡੇ ਹਾਂ, ਤੁਹਾਡੇ ਹਿੱਤਾਂ ਦਾ ਖਿਆਲ ਰੱਖਾਂਗੇ, ਪਰ ਤੁਸੀਂ ਸਾਡਾ ਭਵਿੱਖ ਤਬਾਹ ਖਰਾਬ ਕਰ ਰਹੇ ਹੋ। ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਦੁਨੀਆ ਵਿੱਚ ਕੁਛ ਛੱਡੋਗੇ ਵੀ ਨਹੀਂ, ਕਿੱਡੀ ਵੱਡੀ ਗੱਲ ਆ। ਮਤਲਬ ਉਸ ਕੁੜੀ ਨੇ, ਗ੍ਰੇਟਾ ਥਨਬਰਗ ਨੇ ਕਹੀ ਕਿ ਤੁਸੀਂ ਆਪਣੇ ਬੱਚਿਆਂ ਲਈ ਦੁਨੀਆ ਵਿੱਚ ਕੁਛ ਛੱਡੋਗੇ ਵੀ ਨਹੀਂ। ਪੈਰਿਸ ਵਿੱਚ 2015 ਵਿੱਚ ਇੱਕ ਸੰਧੀ ਹੋਈ ਸੀ ਸਰ, ਉਸ ਮੌਸਮੀ ਸੰਧੀ 1-2020 ਵਿੱਚ ਅਮਲ ਤੱਕ ਲਿਆਉਣੀ ਸੀ ਕਿ ਅਸੀਂ 2020 ਤੱਕ ਜਿਹੜੀ ਕਾਰਬਨ ਦੀ ਨਿਕਾਸੀ ਹੈ ਉਹਦੀ ਕਟੌਤੀ ਕਰਾਂਗੇ। ਉਹ ਜਦ ਭਾਵੇਂ ਅਮਰੀਕਾ ਦੇ ਸ਼ਹਿਰ ਵਿੱਚ ਵੀ ਹੋਈ ਸੀ ਇਹ, ਉਸ ਤੋਂ ਪਹਿਲਾਂ ਆਸਟ੍ਰੇਲੀਆ ਬ੍ਰਾਜ਼ੀਲ 'ਚ ਵੀ ਹੋਈ ਸੀ ਸਰ। ਇਹ ਜਦੋਂ ਕਹੀ ਜਾਂਦੇ ਆ, ਪਰੰਤੂ ਸਾਰਿਆਂ ਨਾਲੋਂ ਵੱਡਾ ਜਿਹੜੇ ਪੱਛਮੀ ਦੇਸ਼ ਨੇ, ਜਿਹੜੇ ਕਹਿੰਦੇ ਆ ਜਿੱਥੇ ਹੁੰਦੀ ਹੈ ਉੱਥੇ ਉਹ ਕਾਰਬਨ ਨੂੰ ਘੱਟ ਕਰਨ ਵਿੱਚ ਸਾਰਿਆਂ ਵੱਡਾ ਨੁਕਸਾਨ ਉਹਨਾਂ ਦੀ ਹੈ, ਉਹੀ ਸਾਰ ਨਹੀਂ ਕਰ ਰਹੇ। ਸੋ ਮੈਂ ਆਪਾਂ ਸਾਰੇ ਬੈਠੇ ਹਾਂ, ਆਪਾਂ ਦੇ ਠੀਕ ਹੈ, ਆਪਾਂ ਸਾਰੇ ਕਿਸੇ ਦੇ ਭਰਾ ਵੱਡੇ ਹਾਂ, ਕਿਸੇ ਦੇ ਮਾਪੇ ਹਾਂ, ਕਿਸੇ ਦੇ ਲੀਡਰ ਹਾਂ, ਕਿਸੇ ਦੇ ਹੋਏ ਹਾਂ, ਅਸੀਂ ਆਪਣੇ ਆਪ ਨੂੰ ਇੱਕ ਜ਼ਿੰਮੇਵਾਰੀ ਸਮਝਿਆ ਕਿ ਅਸੀਂ ਆਪਣੇ ਬੱਚਿਆਂ ਨੇ ਵਧੀਆ ਪਾਣੀ, ਧਰਤੀ ਅਤੇ ਹਵਾ ਨਹੀਂ ਦੇ ਸਕੇ। ਅਸੀਂ ਇਸ ਉਮਰ ਦੇ ਲੋਕ, ਜੇਕਰ ਧਰਤੀ ਸਾਡੀ ਮਾੜੀ ਹੈ, ਜੇਕਰ ਪਾਣੀ ਸਾਡਾ ਖਰਾਬ ਪਲਿਊਟਡ ਹੈ, ਜੇਕਰ ਹਵਾ ਸਾਡੀ ਪਲਿਊਟਡ ਹੈ, ਤਾਂ ਜਿੱਥੇ ਇਹਨਾਂ ਨੇ ਕੀਤਾ, ਜਿੱਥੇ ਹੋਇਆ, ਉਹਦੇ ਵਿੱਚ ਅਸੀਂ ਸਾਰੇ ਵੀ ਹਾਂ। ਮੈਂ ਸਮਝਦਾ ਕਿ ਅਸੀਂ ਸਾਰੇ ਇਹ ਸਰ, ਇੱਕ ਮਿੰਟ ਪਲੀਜ਼, ਲੈ ਜੀ ਟੁੱਟ ਜਾਂਦੀ ਹੈ, ਇੱਕ ਮਿੰਟ।
ਅਸੀਂ ਵਧੀਆ ਪਾਣੀ ਧਰਤੀ ਨਹੀਂ ਦੇ ਸਕੇ, ਜਿਸ ਕਰਕੇ ਸਾਡੇ 'ਤੇ ਇਲਜ਼ਾਮ ਰਹੇਗਾ। ਅਸੀਂ ਆਪਣੇ ਚੰਗੇ ਮਾਪੇ ਚੰਗੇ ਨੇਤਾ ਵੀ ਤਾਂ ਕਹਾ ਸਕਦੇ ਹਾਂ ਜੇ ਸਾਨੂੰ ਬਿਨਾਂ ਦੇਰੀ ਕੀਤੇ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਲਈ ਰਾਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਪਰਾਲੇ ਕਰਨੇ ਆਪਣਾ ਫਰਜ਼ ਬਣਦਾ ਹੈ। ਸੋ ਇਸ ਕਰਕੇ ਰਾਜ ਅਸੀਂ ਉਹ ਸਾਰੇ ਗਤੀਵਿਧੀਆਂ ਰੋਕ 'ਤੇ ਲਾ ਦੇਣੀ ਚਾਹੀਦੀ ਹੈ ਜਿਸ ਨਾਲ ਵਡਮੁੱਲੇ ਕੁਦਰਤੀ ਸਰੋਤ ਪਲੀਤ ਹੋ ਰਹੇ ਹਨ, ਜੋ ਸਭ ਜੀਵਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਜੇਕਰ ਅਸੀਂ ਹੁਣ ਵਾਲੇ ਰਾਜ ਚੱਲਦੇ ਰਹੇ ਤਾਂ ਸਾਡਾ ਖਾਸ ਤੌਰ 'ਤੇ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਧੁੰਦਲਾ ਹੋ ਜਾਵੇਗਾ। ਤੀਜੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਸੋ ਇਹ ਬਹੁਤ ਵੱਡਾ ਇੱਕ ਸੰਦੇਸ਼ ਹੈ ਉਹਨਾਂ ਸਿਆਣੇ ਲੋਕਾਂ ਦਾ ਜਿਹੜੇ ਅੱਜ ਆਪਾਂ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਬੈਠੇ ਹਾਂ। ਆਪਾਂ ਜਿੱਥੇ ਬੈਠੇ ਹਾਂ, ਜਿਸ ਘਰ 'ਚ ਰਹਿੰਦੇ ਹਾਂ, ਜਿਸ ਮੁਹੱਲੇ 'ਚ ਰਹਿੰਦੇ ਹਾਂ, ਘੱਟੋ ਘੱਟ ਸਾਨੂੰ ਆਪਣੇ ਘਰ ਤੋਂ ਆਪਣੇ ਘਰ ਦੇ ਵਿੱਚ ਜਿਹੜਾ ਹੈਗਾ ਉੱਥੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰ ਸਕਦੀ ਹੈ। ਜਿਸ ਸਕੂਲ ਵਿੱਚ ਜੇ ਸੀ, ਮੈਂ ਸਕੂਲ 'ਚ ਪ੍ਰਿੰਸੀਪਲ ਸੀ, ਮੈਂ ਜਿਹੜੇ ਸਕੂਲ 'ਚ ਵੀ ਰਿਹਾ ਪ੍ਰਿੰਸੀਪਲ ਤੌਰ 'ਤੇ ਕੰਮ ਕੀਤਾ, ਜੇਕਰ ਨਾ ਕੋਈ ਦਰਖਤ ਹੁੰਦਾ ਤਾਂ ਸਾਡੇ ਨਿੰਮ ਹਮੇਸ਼ਾ ਹੋ ਜਾਂਦਾ ਸੈਂਟਰ ਖੁੱਲ ਗਿਆ ਸਾਡੇ ਮਾਲਵੇ ਦੇ ਵਿੱਚ। ਅਸੀਂ ਵੱਡੀ ਪੱਧਰ 'ਤੇ ਨਿੰਮ ਲਾਏ, ਵੱਡੀ ਪੱਧਰ 'ਤੇ ਅਸੀਂ ਕਿੱਕਰਾਂ ਵੀ ਲਾਈਆਂ, ਜਿੱਥੇ ਕੋਈ ਕਿੱਕਰ ਹੁੰਦੀ ਸੀ ਕਿੱਕਰਾਂ ਵੀ ਲਾਉਂਦੇ, ਕੋਈ ਗੱਲ ਨਹੀਂ ਦਰਖਤ ਹੁੰਦਾ ਅਸੀਂ ਤਾਂ ਪੈਦਾ ਕਰੂਗਾ। ਸਾਨੂੰ ਮਾਣ ਸਾਹਿਬ ਦੀ ਸਰਕਾਰ ਦੇ ਮਾਣ ਹੈ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਅਸੀਂ ਹਰੇਕ ਹਲਕੇ ਦੇ ਵਿੱਚ 2 ਲੱਖ ਬੂਟੇ ਲਾਉਣ ਦਾ ਟੀਚਾ ਬਣਾਇਆ। ਬਾਕੀ ਹਲਕਿਆਂ 'ਚ ਵੀ ਲੱਗਿਆ ਹੋਣਗੇ, ਮੇਰੇ ਹਲਕੇ 'ਚ ਵੱਡੀ ਪੱਧਰ 'ਤੇ ਸਕੂਲਾਂ ਟੀਚ ਦਿੱਤੇ, ਬਕਾਇਦਾ ਇੱਕ ਲਹਿਰ ਬਣਾਈ ਸਾਡੇ ਨਾਲ, ਐਨਰਜੀ ਉਹ ਨਾਲ ਲੈ ਕੇ ਅਸੀਂ ਆਹ ਬੂਟੇ ਲਾਏ। ਅਸੀਂ ਵੀ ਹੁਣ ਵੀ ਅਸੀਂ ਕਈ ਵਾਰੀ ਇਹ ਕਰ ਲੈਂਦੇ ਹਾਂ ਵੀ ਨਮੂਲੀਆਂ ਇਕੱਠੀਆਂ ਕਰ ਲੈਂਦੇ ਹਾਂ। ਮੈਂ ਇੱਕ ਸਕੂਲ 'ਤੇ ਭਾਸ਼ਣ ਦਿੱਤਾ ਜਾ ਕੇ ਵੀ ਆਪਾਂ ਜਿੰਨੇ ਤੁਹਾਡੇ ਸਕੂਲ 'ਚ ਨਮੂਲੀਆਂ ਨੇ ਉਹ ਇਕੱਠੀਆਂ ਕਰ ਲਓ, 20 ਇਕੱਠੇ ਕਰ ਲਓ। ਤੁਰੇ ਜਾਂਦੇ ਹਾਂ ਸਵੇਰੇ, ਗੁਸਲੀ ਭਰ ਕੇ ਲੈ ਜਾਓ, ਕਿਤੇ ਬਾਹਰ ਲੈਟਣ ਜਾਂਦੇ ਹਾਂ, ਬਾਹਰ ਤੁਰਨ ਫਿਰਨ ਜਾਂਦੇ ਹਾਂ, ਜਿੱਥੇ ਤੁਹਾਨੂੰ ਜਗ੍ਹਾ ਹੋਈ ਆ ਸਾਰੀ ਜਗ੍ਹਾ 'ਤੇ ਖਿਲਾਰ ਦਿਓ। ਜੇ 1000 ਨਮੂਲੀ ਤੁਸੀਂ ਖਿਲਾਰਤੀ ਹੈ ਘੱਟੋ ਘੱਟ, ਜੇ ਅੱਧੀ ਵੀ ਹੋ ਗਈ, ਜੇ ਚੌਥਾ ਹਿੱਸਾ ਵੀ ਹੋ ਗਿਆ, 10% ਵੀ ਨਮੂਲੀਆਂ ਮਤਲਬ ਪੈਦਾ ਹੋ ਸਕੀਆਂ, ਤਾਂ ਇਹਦੇ ਨਾਲ ਹੀ ਵੱਡੀ ਹੋਇਆ। ਮੈਂ ਇੱਕ ਸਾਸ ਦਿੱਤੀ ਸੀ ਸਾਡੇ ਕੈਨੇਜ ਮੀਟਿੰਗ ਹੋਈ, ਮੈਂ ਭਾਸ਼ਣ ਦਿੱਤਾ ਕਿ ਜਿਹੜੀਆਂ ਸਾਡੀਆਂ ਰੇਲਵੇ ਲਾਈਨਾਂ ਨੇ, ਰੇਲਵੇ ਲਾਈਨਾਂ 'ਤੇ ਕਿੱਲਾ ਇੱਧਰ ਅਤੇ ਕਿੱਲਾ ਪਰਲੇ ਪਾਸੇ ਲਗਭਗ ਖਾਲੀਆਂ ਪਈਆਂ ਨੇ, ਤਾਂ ਸਾਰਿਆਂ ਨੂੰ ਅਸੀਂ ਮੈਂ ਇਹ ਕੀਤੀ ਸੀ ਐਨ ਜੀ ਓ ਵਾਲਿਆਂ ਨੂੰ ਕਿ ਤੁਸੀਂ ਆਪਣੀਆਂ ਜਿਹੜੇ ਬੀਜ ਨੇ ਦਰਖਤਾਂ ਦੇ ਵੱਖ ਵੱਖ ਜਿੰਨੇ ਵੀ ਤੁਹਾਡੇ ਇਲਾਕੇ 'ਚ ਪੈਦਾ ਹੁੰਦੇ ਨੇ, ਉੱਥੇ ਜਾ ਕੇ ਆਪਦਾ ਅੱਧਾ ਅੱਧਾ ਕਿਲੋਮੀਟਰ ਜਾਂ 200-200 ਮੀਟਰ 'ਤੇ ਇਹ ਖਿਲਾਉਣੇ ਸ਼ੁਰੂ ਕਰ ਦਿਉ। ਜਿੰਨੇ ਵੀ ਦਰਖਤ ਪੈਦਾ ਹੋ ਜਾਣਗੇ ਉਨੇ ਹੀ ਸਾਡੇ ਵਾਸਤੇ ਵਧੀਆ ਗੱਲ ਹੈ। ਸੋ ਸਰ, ਜਿਹੜਾ ਵਾਤਾਵਰਣ ਦਾ ਮੁੱਦਾ ਹੈ, ਸਾਡਾ ਵੱਡਾ ਬਹੁਤ ਮਤਲਬ ਮੁੱਦਾ ਹੈ, ਇਹ ਜ਼ਰੂਰੀ ਸਾਨੂੰ ਸਾਡੇ ਧਿਆਨ ਦੇ ਵਿੱਚ ਚਾਹੁੰਦੇ ਅਤੇ ਅਣਚਾਹੁੰਦੇ ਅਤੇ ਜਦੋਂ ਕਿਸੇ ਹੋਰ ਕੰਮ ਕਰਦੇ ਹਾਂ ਤਾਂ ਇਹਨੂੰ ਅਸੀਂ ਬਿਲਕੁਲ ਕਰ ਸਕਦੇ ਹਾਂ। ਜਿਸ ਪੱਧਰ 'ਤੇ ਮੈਂ ਤਾਂ ਇਹ ਕਹਿੰਦਾ ਵੀ ਜਿਸ ਪੱਧਰ 'ਤੇ ਸਾਨੂੰ ਆਪਣੇ ਘਰ ਦੇ ਵਿੱਚ ਘੱਟੋ ਘੱਟ 4-5 ਦਰਖਤ ਲਾਉਣੇ ਚਾਹੀਦੇ ਨੇ, ਆਪਣੇ ਗੁਆਂਢ ਦੇ ਦਰਖਤ ਲਾਉਣੇ ਚਾਹੀਦੇ ਨੇ, ਬਸ ਇੱਥੋਂ ਸ਼ੁਰੂ ਕਰ ਲਓ ਤਾਂ ਸਾਡਾ ਖਰਾ ਭਰਾ ਹੋਜੂ। ਮੈਂ ਕਿਸਾਨ ਵੀਰਾਂ ਦੀ ਇੱਕ ਸਾਡੀ ਮੀਟਿੰਗ ਹੋਈ ਸਰ, ਮੈਂ ਲਾਸਟ ਵਿੱਚ ਮੈਂ ਗੱਲ ਕਰ ਰਿਹਾ, ਸਾਡੀ ਕਿਸਾਨ ਵੀਰਾਂ ਦੀ ਮੀਟਿੰਗ ਹੋਈ, ਕੋਪਰ ਸਟੇਡੀਆਂ ਦਾ ਇਜਲਾਸ ਸੀਗਾ, ਉੱਥੇ ਵੀ ਇਹੀ ਗੱਲ ਕਹੀ ਕਿ ਜਦੋਂ ਅਸੀਂ ਜਾਂਦੇ ਹਾਂ ਸਾਡੇ ਜਿਸਦੇ 20 ਕਿੱਲੇ ਨੇ, ਕਿਸੇ 10 ਕਿੱਲੇ ਨੇ, ਤੁਸੀਂ ਨਾ ਵਿਚਾਲੇ ਲਾਓ ਦਰਖਤ, ਤੁਸੀਂ ਇਕੱਲੇ 'ਚ ਕਿੱਲੇ ਦੇ ਏਕੜ ਦੇ 4 ਹਿੱਸਿਆਂ ਦੇ ਵਿੱਚ ਖੂੰਜਾ ਲਾ ਦਿਉ, ਖੂੰਜੇ ਦੇ ਵਿੱਚ ਕਿਤੇ ਕੰਮ ਕਰਦੇ, ਕਿਤੇ ਗੋਡੀ ਕਰਦੇ, ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਕਿਸੇ ਵੀ ਦਰਖਤ ਥੱਲੇ ਆ ਕੇ ਤੁਸੀਂ 2 ਮਿੰਟ ਆਰਾਮ ਕਰ ਸਕਦੇ ਹੋ। ਜੇਕਰ 1 ਏਕੜ ਦੇ ਇੱਕ ਖੂੰਜੇ ਦੇ ਵਿੱਚ ਪੱਥਰ ਲੱਗੇ ਹੁੰਦੇ ਨੇ, ਇਸ ਤਰ੍ਹਾਂ ਦਰਖਤ ਲਾ ਤੇ ਸਾਡੀ ਮਿਣਤੀ ਵੀ ਪਤਾ ਲੱਗ ਜੂ ਸਾਡਾ 1 ਕਿੱਲਾ, ਜੇਕਰ ਹਰੇਕ ਏਕੜ ਦੇ ਕਿਸੇ ਪਾਣੀ ਲੱਗ ਜੇ ਤਾਂ ਮੇਰਾ ਖਿਆਲ ਇਦੋਂ ਵਧੀਆ ਜਿਹੜਾ ਹੈਗਾ ਕੋਈ ਨਹੀਂ ਹੋ ਸਕਦੀ ਇਹ ਸਫਲਤਾ। ਸੋ ਮੈਂ ਇੰਨਾ ਕਹਿੰਦਾ ਹੋਇਆ ਅੱਜ ਦੀ ਇਸ ਜਿਹੜੇ ਮਤੇ ਦੇ ਉੱਤੇ ਜਿਹੜਾ ਬੋਲਿਆ, ਇਹ ਬਾਕੀ ਸਾਡਾ ਜਿਹੜੀ ਵਾਰੀ ਸੀਰੀਅਸ ਮੈਟਰ, ਇਹ ਸਾਡਾ ਬੜਾ ਕੰਸਰਨ ਹੈ ਇਸਦਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਨੂੰ ਬੋਲਣ ਦਾ ਮੌਕਾ ਮਿਲਿਆ। ਥੈਂਕ ਯੂ। ਮਾਨਯੋਗ ਮੀਤੇਰ ਜੀ, ਮੇਰੇ ਤੋਂ ਬਾਅਦ ਅਰੋੜਾ ਸਾਹਿਬ ਨੂੰ ਵੀ ਟਾਈਮ ਦੇ ਦਿਓ ਜੀ, ਪਹਿਲਾਂ ਬੈਠੇ ਕਹੀ ਜਾਂਦੇ, ਮਾੜੀ ਗੱਲ ਹੈ, ਪਹਿਲਾਂ ਮੈਂ ਬੋਲਣਾ, ਪਹਿਲਾਂ ਦੇ ਜੀ। ਨਹੀਂ, ਮੈਂ ਪਹਿਲਾਂ ਤੁਹਾਨੂੰ ਮਿਲੂਗਾ ਜੀ, ਸਾਰਿਆਂ ਨੂੰ ਬੁਲਾਵਾਂਗੇ, ਕਾਹਲੀ ਨਾ ਕਰੀਏ।
ਨਹੀਂ ਪਲੀਜ਼ ਚੇਅਰ ਨੂੰ ਡਿਕਟੇਟ ਨਾ ਕਰੋ, ਰਨਿੰਗ ਕਮੈਂਟਰੀ ਨਾ ਕਰਿਆ ਕਰੋ ਯਾਰ ਜੀ। ਬੜਾ ਗੰਭੀਰ ਸਰ